ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਫਾਜ਼ਿਲਕਾ ਦੇ ਸਮੂਹ ਬਲਾਕ ਪ੍ਰਧਾਨਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਨਾਲ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਤੋਂ ਬਾਅਦ ਸਮਾਜ ਵਿਰੋਧੀ ਅਨਸਰਾਂ ਨੂੰ ਫੜਾਉਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ ਦਾ ਅਪੀਲ ਕੀਤੀ ਅਤੇ ਪ੍ਰਸ਼ਾਸਨ ਨੂੰ ਥਾਪੜਾ ਦਿੱਤੀ ਅਤੇ ਇਸ ਮੌਕੇ ਉਹਨਾਂ ਬੋਲਦੇ ਹੋਏ ਕਿਹਾ ਕਿ ਬੀਤੇ ਦਿਨ ਲੋਕ ਸਭਾ ਚੋਣਾਂ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਤੋਂ ਲੋਕ ਸਭਾ ਦੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਜਿੱਤਣ ਤੋਂ ਬਾਅਦ ਫਾਜ਼ਿਲਕਾ ਦੇ ਵਿੱਚ ਸਮਾਜ ਵਿਰੋਧੀ ਅਨਸਰ ਫਿਰ ਸਿਰ ਚੁੱਕਣ ਲੱਗ ਪਏ ਹਨ। ਉਹਨਾਂ ਨੂੰ ਕਿਸੇ ਹਾਲ 'ਤੇ ਨਹੀਂ ਪਰਮਨ ਦਿੱਤਾ ਜਾਵੇਗਾ ਅਤੇ ਕਾਨੂੰਨ ਆਪਣੀ ਕਾਰਵਾਈ ਕਰੇਗਾ ਅਤੇ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ। ਹੋਰ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕੀ ਕੁਝ ਕਿਹਾ, ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਜੀ ਐਮ ਐਲ ਸਾਹਿਬ ਕੀ ਕਹੋਗੇ, ਅੱਜ ਤੁਸੀਂ ਐਸ ਐਸ ਪੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ, ਸਾਰੇ ਬਲਾਕ ਪ੍ਰਧਾਨ ਮਿਲਾਏ ਹੈ। ਦੇਖੋ, ਜੋ ਫਾਜ਼ਿਲਕਾ ਪੁਲਿਸ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ, ਜੋ ਨਸ਼ੇ ਦੇ ਖਿਲਾਫ਼ ਔਰ ਚੋਰਾਂ ਦੇ ਖਿਲਾਫ਼, ਸੱਟੇਬਾਜ਼ਾਂ ਦੇ ਖਿਲਾਫ਼ ਜੋ ਪੁਲਿਸ ਨੇ ਮੁਹਿੰਮ ਚਲਾਈ ਹੋਈ ਹੈ, ਉਹਨਾਂ 'ਤੇ ਕਾਰਵਾਈ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੀ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਸਾਡੀ ਸਾਰੀ ਟੀਮ, ਆਮ ਆਦਮੀ ਪਾਰਟੀ ਦੀ, ਸਾਡੇ ਸਾਰੇ ਬਲੋਕ ਪ੍ਰਧਾਨ ਔਰ ਸਾਡੇ ਬਲੋਕ ਪ੍ਰਭਾਰੀ ਸਾਹਿਬਾਨ ਸਾਰੇ ਅੱਜ ਸਾਂਝੇ ਤੌਰ 'ਤੇ ਐਸ ਐਸ ਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਔਰ ਉਹਨਾਂ ਨੇ ਜੋ ਕੰਮ ਕੀਤਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹਦੀ ਸ਼ਲਾਘਾ ਕੀਤੀ ਗਈ ਹੈ। ਔਰ ਇਸ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਔਰ ਸ਼ਹਿਰ ਦੇ ਵਾਰਡਾਂ ਦੇ ਵਿੱਚ ਕਿਤੇ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਗਲਤ ਅਨਸਰ, ਕੋਈ ਗਲਤ ਹਰਕਤ ਕਰਦਾ ਜਾਂ ਕੁਛ ਵੀ ਹੈ, ਸਾਡੀ ਜਿਹੜੀ ਸਾਰੀ ਟੀਮ ਹੈ ਪੰਜਾਬ ਪੁਲਿਸ ਦਾ ਸਾਥ ਦੇਣ ਲਈ ਪਹਿਲਾਂ ਵੀ ਦੇ ਰਹੀ ਸੀ ਔਰ ਅੱਗੇ ਵੀ ਦੇਊਗੀ, ਤਾਂ ਕਿ ਜਿਹੜਾ ਨਸ਼ਾ ਹੈ ਇਹਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ ਫਾਜ਼ਿਲਕਾ ਦੇ ਵਿੱਚ। ਔਰ ਜਿਹੜੇ ਚੋਰ ਨੇ, ਜਿਹੜੀਆਂ ਕੋਈ ਗਲਤ ਹਰਕਤਾਂ ਜਾਂ ਗਲਤ ਕਾਰਵਾਈਆਂ ਇਹੋ ਜਿਹੀਆਂ ਕਰਦੇ ਨੇ, ਉਹਨਾਂ 'ਤੇ ਸਖਤ ਕਾਰਵਾਈ ਕੀਤੀ ਜਾ ਸਕੇ। ਉਸ ਮੁਤਾਬਕ ਜਿਹੜੀ ਹੈ, ਉਸ ਸੰਬੰਧ ਦੇ ਵਿੱਚ ਅੱਜ ਸਾਰੀ ਮੀਟਿੰਗ ਐਸ ਐਸ ਪੀ ਸਾਹਿਬ ਨਾਲ ਸਾਡੀ ਹੋਈ ਹੈ। ਔਰ ਜਿਵੇਂ ਤੁਸੀਂ ਦੇਖ ਸਕਦੇ ਹੋ, ਪਿਛਲੇ ਕੱਲ੍ਹ ਵੀ ਜਿਹੜਾ ਤਕਰੀਬਨ 350 ਤੋਂ ਜ਼ਿਆਦਾ ਲੀਟਰ, 350 ਲੀਟਰ ਤੋਂ ਜ਼ਿਆਦਾ ਜਿਹੜਾ ਟਰਾਂਸਫਾਰਮਰਾਂ ਦੇ ਵਿੱਚ ਤੇਲ ਚੋਰੀ ਹੋਇਆ, ਤਾਂ ਉਹ ਚੂੜੀ ਵਾਲਾ, ਚਾਨਣ ਵਾਲੇ ਦੇ ਕਰੀਬ ਕੋਈ ਟਾਣੀਆਂ ਸੀਗੀਆਂ। ਔਰ ਹੈਰਾਨੀ ਦੀ ਗੱਲ ਇਹ, ਦੇਖੋ ਬੰਦੇ ਜਿਹੜੇ ਉੱਥੋਂ ਜਿਨ੍ਹਾਂ ਦੇ ਘਰੋਂ ਤੇਲ ਮਿਲਿਆ ਚੋਰੀ ਦਾ, ਜਿਹੜੀ ਚੋਰੀ ਕੀਤੀ ਹੈ, ਜਿਨ੍ਹਾਂ 'ਤੇ ਪਰਚਾ ਦਰਜ ਹੋਇਆ, ਉਹ ਇੱਕ ਪੋਲੀਟੀਕਲ ਪਾਰਟੀ ਬੀਜੇਪੀ ਨਾਲ ਰਿਲੇਟਡ ਨੇ। ਔਰ ਇਸ ਤੋਂ ਇਲਾਵਾ ਪਹਿਲਾਂ ਕੁਝ ਦਿਨ ਪਹਿਲਾਂ ਮੰਦਰ ਦੇ ਵਿੱਚ 2 ਚੋਰੀਆਂ ਹੋਈਆਂ ਨੇ, ਤਾਂ ਕਾਂਗਰਸ ਦੇ MC, ਉਹਨਾਂ ਦੇ 2 ਲੜਕੇ ਨੇ, ਉਹਨਾਂ ਨੇ ਚੋਰੀਆਂ ਕੀਤੀਆਂ ਨੇ। ਮੈਂ ਬੇਨਤੀ ਕਰਾਂਗਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਕੋਈ ਵੀ ਇਹੋ ਜਿਹੇ ਕਿਸੇ ਪਾਰਟੀ ਦੇ ਵਿੱਚ ਗਲਤ ਅਨਸਰ ਨੇ, ਕਿਉਂਕਿ ਚਲੋ ਕੋਈ ਵੱਡੇ ਲੀਡਰ ਪਾਰਟੀਆਂ ਨਹੀਂ ਕਹਿੰਦੀਆਂ ਇਹੋ ਜਿਹੇ ਕੰਮ ਕਰੋ, ਪਰ ਕੋਈ ਵੀ ਇਹੋ ਜਿਹੇ ਗਲਤ ਅਨਸਰ, ਗਲਤ ਲੀਡਰ ਪਾਰਟੀਆਂ ਦੇ ਵਿੱਚ ਨੇ, ਆਪਾਂ ਨੂੰ ਸਾਂਝੇ ਤੌਰ 'ਤੇ ਉਹਨਾਂ ਨੂੰ ਪਾਰਟੀਆਂ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ। ਇਹੋ ਜਿਹੇ ਗਲਤ ਅਨਸਰਾਂ ਨੂੰ ਪਾਰਟੀਆਂ ਦੇ ਵਿੱਚ ਨਹੀਂ ਰੱਖਣਾ ਚਾਹੀਦਾ। ਜੇ ਕੋਈ ਸਾਡੀ ਪਾਰਟੀ ਦੇ ਵਿੱਚ ਵੀ ਇਹੋ ਜਿਹਾ, ਤਾਂ ਅਸੀਂ ਉਹਨਾਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ, ਕੋਈ ਇਹੋ ਜਿਹਾ ਸ਼ਾਮਲ ਵੀ ਹੁੰਦਾ ਨਾਲ ਦੀ ਨਾਲ ਉਹਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ। ਤਾਂ ਮੇਰੇ ਕਹਿਣ ਦਾ ਮਤਲਬ, ਤੁਸੀਂ ਦੇਖੋ ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਰਿਜ਼ਲਟ ਆਇਆ MP ਲੋਕ ਸਭਾ ਦਾ ਫਾਜ਼ਿਲਕਾ ਤੋਂ, ਜਦੋਂ ਦੇ ਕਾਂਗਰਸ ਦੇ ਇੱਥੋਂ ਜਿੱਤੇ ਨੇ ਕੈਂਡੀਡੇਟ, MP ਬਣੇ ਨੇ, ਤਾਂ ਤੁਸੀਂ ਦੇਖਿਆ ਹੋਣਾ ਇਲਾਕੇ ਦੇ ਵਿੱਚ, ਫਾਜ਼ਿਲਕਾ ਸ਼ਹਿਰ ਦੇ ਵਿੱਚ ਆਸ ਪਾਸ ਬਹੁਤ ਸਾਰੇ ਜਿਹੜੇ ਗਲਤ ਅਨਸਰ ਸਰਗਰਮ ਹੋਏ ਨੇ, ਜਿਨ੍ਹਾਂ ਦੀ ਉਹ ਸਿਫਾਰਿਸ਼ਾਂ ਕਰਦੇ ਨੇ, ਉਹਨਾਂ ਸਾਰਿਆਂ 'ਤੇ ਔਰ ਜਿਹੜੇ ਹੋਰ ਵੀ ਕੋਈ ਸਮਾਜ ਵਿਰੋਧੀ ਅਨਸਰ ਨੇ, ਉਹਨਾਂ ਸਾਰਿਆਂ 'ਤੇ ਜਿਹੜੀ ਹੈ ਸਖਤ ਕਾਰਵਾਈ ਕੀਤੀ ਜਾਊਗੀ। ਮੈਂ ਚੇਤਾਵਨੀ ਦੇਣਾ ਚਾਹੁੰਦਾ, ਕੋਈ ਵੀ ਇਹ ਨਾ ਸਮਝੇ ਕਿ ਕੋਈ ਵੀ ਲੀਡਰ ਹੈ ਜਾਂ ਕੋਈ ਵੀ ਸ਼ਰਾਰਤੀ ਅਨਸਰ ਦਾ ਕੋਈ ਵੀ ਸਿਫਾਰਿਸ਼ ਕਰਕੇ ਕਿਸੇ ਨੂੰ ਬਚਾ ਲਏਗਾ। ਅਸੀਂ ਕਿਸੇ ਵੀ ਗਲਤ ਅਨਸਰ ਨੂੰ ਬਿਲਕੁਲ ਨਹੀਂ ਬਖਸ਼ਾਂਗੇ।
ABN न्यूज़ चैनल देखने वाले सभी दर्शकों से हम अपील करते हैं कि ABN न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।